ਵਿਰੋਧੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਭੋਲਾ ਜੀ ਖੜੇ ਨੇ, ਉਧਰੋਂ ਸੰਜੇ ਤਲਵਾਰ ਜੀ ਨੇ
ਲੈ ਦਿੱਤਾ ਜੀ, ਕਿਹੜੀ ਗੱਲ ਹੈ ਜੀ? ਅਸੀਂ ਇੱਥੇ ਭੋਲੇ ਦੇ ਏਰੀਏ 'ਚ ਖੜ੍ਹੇ ਹਾਂ, ਇਹ ਭੋਲੇ ਦਾ ਹੀ ਏਰੀਆ ਜਿੱਥੇ ਅਸੀਂ ਖੜ੍ਹੇ ਹਾਂ, ਪਰ ਲੋਕ ਉਹਨਾਂ ਨੂੰ ਕੋਈ ਇੱਥੇ ਲੈ ਕੇ ਬੀਬੀਆਂ ਭੈਣਾਂ ਫੁੱਲਾਂ ਦੇ ਹਾਰ ਲੈ ਕੇ ਖੜ੍ਹੀਆਂ ਹਨ। ਅੱਜ ਅਸੀਂ ਦੇਖ ਕੇ ਇੱਦਾਂ ਜਿੱਦਾਂ ਕੋਈ ਸੰਤ ਮਹਾਂਪੁਰਸ਼ ਚੱਲ ਰਿਹਾ, ਇਸੇ ਤਰੀਕੇ ਨਾਲ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਹਨ। ਅਸੀਂ ਵੇਖ ਕੇ ਬਿਲਕੁਲ ਅਸੀਂ ਵੀ ਹੈਰਾਨ ਹੋ ਗਏ। ਦਾਸ 1995 'ਚ ਨਾਲ ਇਹਨਾਂ ਦੇ ਜੁੜਿਆ ਹੋਇਆ ਜੀ। ਸੰਜੇ ਦਵਾੜ ਦੀ ਗੱਲ ਕਰੀਏ, ਸੰਜੇ ਦਵਾੜ ਨੇ ਕਰੋੜਾਂ ਰੁਪਏ ਦੇ ਜਿਹੜੇ ਕੰਮ ਕੀਤੇ, ਉਹਨਾਂ ਦੇ ਪ੍ਰੋਜੈਕਟ ਆਏ ਨੇ, ਬੁੱਕ ਬਣ ਰਹੇ ਨੇ ਨਾਲ। ਉਹ ਤਾਂ ਜੀ ਕਿਤੇ ਸਿਰਫ ਉਹਦੀ ਇੱਕ ਬੁੱਕ ਛਾਪੀ ਹੈ 4,000 ਕਰੋੜ ਦੀ, ਸਿਰਫ ਉਹ ਲੋਕਾਂ ਨੂੰ ਦਿਖਾ ਰਿਹਾ। ਜੇ ਉਹਨੇ ਕੰਮ ਕੀਤੇ ਹੁੰਦੇ ਤਾਂ ਉਹਨੂੰ 4,000 ਰੁਪਏ। ਅੱਜ ਜਿਹੜੀ ਰੈਲੀ ਦੇ ਵਿੱਚ ਆਪਣੇ ਖੱਬੇ ਹੱਥੀ ਇੱਕ ਕੈਮਰਾ ਮਾਰੋ, ਚਾਹੇ ਉਹਦਾ ਏਰੀਆ ਹੈ, ਉਹਨੇ ਬੁਰੀ ਬੁਰੀ ਹਾਲਤ ਆ, ਇੱਥੇ ਬਹੁਤ ਮਾੜੇ ਹਾਲਾਤ ਹਨ। ਜੇ ਗੱਲ ਕਰੀਏ ਵਿੱਚ ਔਰਤਾਂ ਦਾ ਕਾਫੀ ਇਕੱਠ ਆ, ਬੱਚੇ ਉਤਸ਼ਾਹ ਹੈਗਾ ਦੇਖਿਆ ਗਿਆ ਕਿ, ਔਰ ਭਾਰੀ ਮਤ ਨੇ ਜਿਹੜੀ ਇੱਕ ਡੇਢ ਦਿਨ ਰਹਿ ਗਿਆ ਪੂਰਾ। ਹਾਂਜੀ, ਜੋ ਅੱਜ ਸ਼ਾਮ ਨੂੰ ਤਕਰੀਬਨ 6 ਵਜੇ ਆਪਣੇ ਚੋਣ ਕਮਿਸ਼ਨਰ ਦਾ ਆਰਡਰ ਹੈ, 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ। ਪਰ ਜਿਹੜੇ ਲੋਕਾਂ ਨੇ ਕਦੇ ਸ਼ਾਮਿਲ ਨਹੀਂ ਹੋਏ ਸੀ, ਅੱਜ ਉਹ ਵੀ ਆ ਕੇ ਸ਼ਾਮਿਲ ਹੋਏ, ਕਿਉਂਕਿ ਇੱਕ ਜਿਸ ਤਰੀਕਾ ਇੱਕ ਯੱਗ ਹੁੰਦਾ, ਉਹਦੇ ਵਿੱਚ ਲੋਕ ਸ਼ਾਮਿਲ ਹੋ ਰਹੇ ਹਨ।